ਦੇ ਦੌਰਾਨ ਲੁਧਿਆਣਾ ਦੇ ਸਾਰੇ ਪ੍ਰਾਈਵੇਟ ਹਸਪੀਟਲਸ ਬਹੁਤ ਹੀ ਜ਼ਿੰਮੇਵਾਰੀ ਦਾ ਮੁਜ਼ਾਹਰਾ ਕਰਦੇ ਹੋਏ ਲੋਕਾਂ ਦਾ ਬੜੇ ਜ਼ੋਰ ਨਾਲ ਇਲਾਜ ਕਰ ਰਹੇ ਨੇ। ਇਸੇ ਕੜੀ ਦੇ ਵਿੱਚ ਅੱਜ ਜਿਹੜਾ CMC ਹਸਪੀਟਲ ਹੈ, ਇਹਨਾਂ ਨੇ ਇੱਕ ਨਵਾਂ ਵਾਰਡ ਕੋਵਿਡ ਲਈ ਸ਼ੁਰੂ ਕੀਤਾ ਔਰ ਇਹ 50 ਬੈੱਡਡ ਵਾਰਡ ਹੈਗਾ। ਇੱਕ ਬਹੁਤ ਵੱਡਾ ਸਾਡੀ ਸ਼ਕਤੀ ਦੇ ਵਿੱਚ ਵਾਧਾ ਹੋਇਆ। ਪਹਿਲਾਂ ਇਹਨਾਂ ਦੇ 81 ਜਿਹੜੇ ਬੈੱਡ ਸੀਗੇ, ਜਿਨ੍ਹਾਂ 'ਚੋਂ 21 ਜਿਹੜੇ ਬੈੱਡ ਹੈ ਲੈਵਲ 3 ਦੇ ਵੈਂਟੀਲੇਟਰ ਵਾਲੇ ਔਰ 60 ਬੈੱਡ ਜਿਹੜੇ ਹਨ ਉਹ ਲੈਵਲ 2 ਦੇ ਸੀ ਆਕਸੀਜਨ ਵਾਲੇ। ਅੱਜ ਜਿਹੜੇ 50 ਬੈੱਡ ਆਏ ਹਨ ਉਹਨਾਂ 'ਚੋਂ 40 ਲੈਵਲ 2 ਦੇ ਆਕਸੀਜਨ ਵਾਲੇ ਔਰ 10 ਜਿਹੜੇ ਹੈਗੇ ਵੈਂਟੀਲੇਟਰ ਵਾਲੇ ਨੇ। ਇਹਦੇ ਨਾਲ CMC ਦੀ ਟੋਟਲ ਕਪੈਸਿਟੀ ਜਿਹੜੀ ਹੈਗੀ ਹੈ ਵੱਧ ਕੇ 131 ਹੋ ਗਈ ਹੈ, ਜਿਸ 'ਚੋਂ ਕਿ 31 ਲੈਵਲ 3 ਦੇ ਵੈਂਟੀਲੇਟਰ ਵਾਲੇ ਬੈੱਡ, 100 ਬੈੱਡ ਜਿਹੜੇ ਲੈਵਲ 2 ਦੇ ਆਕਸੀਜਨ ਵਾਲੇ ਨੇ। ਇਸ 'ਚ ਜਿੱਥੇ ਡਾਕਟਰ ਸਾਹਿਬਾਨ ਔਰ CMC ਦਾ ਮੈਂ ਧੰਨਵਾਦੀ ਹਾਂ, ਉੱਥੇ ਸਾਡੀ ਸਿਵਲ ਅਤੇ ਪੁਲਿਸ ਦੀ ਜਿਹੜੀ ਨੋਡਲ ਆਫੀਸਰਸ ਨੇ, ਜਿਸ 'ਚ ਕਿ ਸਾਡੇ ADC ਡਿਵੈਲਪਮੈਂਟ ਔਰ ਦੂਜੇ ਪਾਸੇ ਪੁਲਿਸ ਦੇ ਵੀ ਜਿਹੜੇ ਨੋਡਲ ਆਫੀਸਰ ਨੇ, ਇਹਨਾਂ ਦਾ ਬੜਾ ਕੰਸਟਰਕਟਿਵ ਰੋਲ ਰਿਹਾ। ਇਹਨਾਂ ਨੇ ਸਾਰੇ ਹੋਸਪਿਟਲਸ ਨੂੰ ਇਸ ਗੱਲ ਲਈ ਪਰਸੂਏਡ ਕੀਤਾ, ਮਨਾਇਆ ਔਰ ਹੌਸਲਾ ਵਧਾਇਆ। ਮੈਂ CMC ਦਾ ਬਹੁਤ ਧੰਨਵਾਦ ਕਰਦਾ ਔਰ ਇਸ ਤੋਂ ਇਲਾਵਾ DMC ਔਰ ਹੋਰ ਜਿੰਨੇ ਵੀ ਪ੍ਰਾਈਵੇਟ ਹੋਸਪਿਟਲ ਸਾਰੇ ਮਿਲ ਕੇ ਇਸ ਕਰੋਨਾ ਦੇ ਵਿਰੁੱਧ ਜਿਹੜਾ ਮਹਾਂਯੁੱਧ ਹੈਗਾ ਉਹਦੇ ਵਿੱਚ ਜਿਹੜਾ ਯੋਗਦਾਨ ਪਾ ਰਹੇ ਆ। ਮੈਂ ਸਾਰੇ ਪ੍ਰਾਈਵੇਟ ਹਸਪਤਾਲਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ।